ਸਤਿਕਾਰ ਦੋਸਤੋ, ਤੁਸੀਂ ਦੇਖ ਰਹੇ ਹੋ ਆਨਲਾਈਨ ਲੁਧਿਆਣਾ YouTube ਚੈਨਲ ਅਪਡੇਟ ਲੈ ਕੇ ਹਾਜ਼ਰ ਆ। ਜੇਕਰ ਗੱਲ ਕਰੀਏ ਜਿੱਥੇ ਫੋਨ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਕਰ ਦਿੱਤਾ, ਕਾਫੀ ਹੱਦ ਤੱਕ ਉਸ ਦੇ ਨਾਲ ਦੀ ਨਾਲ ਮਨੁੱਖੀ ਜੀਵਨ ਵੀ ਨੁਕਸਾਨ ਨੂੰ ਲੈ ਕੇ ਕਾਫੀ ਪ੍ਰਭਾਵਿਤ ਹੋਇਆ ਹੈ। ਜੇਕਰ ਗੱਲ ਕਰੀਏ ਰਿਹਾਇਸ਼ੀ ਖੇਤਰਾਂ 'ਚ ਲਗਾਏ ਜਾ ਰਹੇ ਟਾਵਰ ਹੋ ਰਹੇ ਹਨ ਨੁਕਸਾਨਦਾਇਕ ਸਾਬਤ। ਹਰ ਗਲੀ ਵਿੱਚ ਲੱਗ ਰਹੇ ਨੇ ਟਾਵਰ, ਫੈਲਾ ਰਹੇ ਨੇ ਰੇਡੀਏਸ਼ਨ। ਇਹਨਾਂ ਰੇਡੀਏਸ਼ਨਾਂ ਤੋਂ ਹੋ ਰਿਹਾ ਜਨ ਜੀਵਨ ਪ੍ਰਭਾਵਿਤ, ਵੱਧ ਰਹੀਆਂ ਨੇ ਮਨੁੱਖੀ ਜੀਵਾਂ ਨੂੰ ਅਟੈਕ ਆਉਣ ਦੀਆਂ ਘਟਨਾਵਾਂ। ਪੰਛੀ ਨੀ ਹੋ ਰਹੇ ਨੇ ਅਲੂ, ਵੱਧ ਰਹੇ ਕੈਂਸਰ ਵਰਗੇ ਭਿਆਨਕ ਰੋਗ, ਹੋ ਰਹੀ ਮਨੁੱਖੀ ਜੀਵਾਂ ਵਿੱਚ ਬ੍ਰੇਨ ਟਿਊਮਰ ਦੀ ਸਮੱਸਿਆ। ਪਰ ਅਫਸੋਸ ਹੈ ਕਿ ਮਨੁੱਖੀ ਜੀਵਾਂ ਦੀ ਜਾਨ ਸੂੜੀ ਤੇ ਟਾਂਗ ਕੇ ਇਹਨਾਂ ਟਾਵਰਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਲਗਾਏ ਜਾਂਦੇ ਹਨ। ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਜਿਵੇਂ ਅੱਜ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਗਈਆਂ, ਇਸੇ ਤਰ੍ਹਾਂ ਮਨੁੱਖੀ ਜੀਵਨ ਹੋਰ ਵੀ ਪ੍ਰਭਾਵਿਤ ਹੋ ਸਕਦਾ ਹੈ ਇਹਨਾਂ ਟਾਵਰਾਂ ਤੋਂ। ਅਸੀਂ ਅੱਜ ਇਹ ਨਹੀਂ ਚਾਹੁੰਦੇ ਕਿ ਫੋਨ ਬੰਦ ਕਰ ਦਵੋ, ਟਾਵਰ ਲਗਾਉਣੇ ਬੰਦ ਕਰ ਦਵੋ। ਡਿਜੀਟਲ ਯੁੱਗ ਹੈ, ਜ਼ਰੂਰੀ ਹੈ ਸਭ ਕੁਝ, ਪਰ ਅਸੀਂ ਇਹ ਤਾਂ ਕਰ ਸਕਦੇ ਹਾਂ ਕਿ ਇਹਨਾਂ ਟਾਵਰਾਂ ਨੂੰ ਰਿਹਾਇਸ਼ੀ ਖੇਤਰਾਂ ਤੋਂ ਦੂਰ ਰੱਖਿਆ ਜਾਵੇ। ਜੇਕਰ ਤੁਸੀਂ ਸਹਿਮਤ ਹੋ ਤਾਂ ਕਮੈਂਟਾਂ ਵਿੱਚ ਜ਼ਰੂਰ ਮੈਸੇਜ ਕਰੋ। ਅਪਡੇਟ ਲੈ ਕੇ ਹਾਜ਼ਰ ਹਾਂ ਆਨਲਾਈਨ ਲੁਧਿਆਣਾ। ਪ੍ਰੀਤ ਡੁਗਰੀ ਦੀ ਰਿਪੋਰਟ। ਧੰਨਵਾਦ ਦੋਸਤੋ।